तालाबंदी तो बाद बने हालात नूं वेखदियां ਇਹ ਵੀਡੀਓ ਦਿਲ ਨੂੰ ਝੰਜੋੜ ਦੇਣ ਵਾਲੀ ਹੈ। ਦਰਅਸਲ ਤਾਲਾਬੰਦੀ ਨੂੰ ਲੈ ਕੇ ਦੇਸ਼ ਦੇ ਵਿੱਚ ਚੱਲ ਰਹੀਆਂ ਪਾਬੰਦੀਆਂ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਤੇ ਇਹ ਵੀਡੀਓ ਉਸ ਦੀ ਹੀ ਉਦਾਹਰਣ ਪੇਸ਼ ਕਰ ਰਹੀ ਹੈ। ਕੇਰਲ ਦੇ ਪੁਨਾਲੂਰ ਵਿਖੇ ਇੱਕ ਬੇਟੇ ਨੂੰ ਆਟੋ ਰਿਕਸ਼ਾ ਤੇ ਰੋਕ ਨੂੰ ਲੈ ਕੇ ਆਪਣੇ 5 ਸਾਲਾ ਬਿਮਾਰ ਪਿਤਾ ਨੂੰ ਆਪਣੀ ਪਿੱਠ ਤੇ ਲੈ ਦੌੜ ਪਿਆ। ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।